ਅੰਬਲਾ ਜਿਹੜਾ ਡਿਸਕਸ ਕਰਨਾ ਕੀਤੀ ਆ ਪਿੱਛੇ ਜੇ 26 11 ਤਰੀਕ ਨੂੰ ਇੱਕ ਆਪਣੇ ਹੈਗੇ ਹਿੰਦੁਸਤਾਨ ਲੀਵਰ ਦੀ ਏਜੰਸੀ ਹੈਗੀ ਆ ਉਹਦੇ ਮਾਲਿਕ ਹੈਗੇ ਆ ਮਿਸਟਰ ਪ੍ਰਦੀਪ ਉਹਨਾਂ ਦਾ ਜਿਹੜਾ ਸਰਵੈਂਟ ਸੀਗਾ ਉਹਦਾ ਨਾਮ ਸੀਗਾ ਨਿਹਾਲ ਉਹ ਜਿਹੜੀ ਆਪਣੇ ਰੂਟੀਨ ਦੇ ਵਿੱਚ ਜਿਹੜੇ ਪੈਸੇ ਲੈ ਕੇ ਜਾਂਦਾ ਸੀ ਆਪਣੇ ਬੈਂਕ ਜਮ੍ਹਾਂ ਕਰਾਉਣ ਲਈ ਉਹਦਾ ਰੂਟੀਨ ਦਾ ਕੰਮ ਹੀ ਸੀ ਉਹ ਲੈ ਕੇ ਜਾਂਦਾ ਸੀ ਉਸ ਦਿਨ ਉਹਦੇ ਕੋਲ ਹੈਵੀ ਅਮਾਊਂਟ ਆਈ ਸੀਗੀ ਤਕਰੀਬਨ 40 ਲੱਖ ਰੁਪਈਆ ਉਹ 40 ਲੱਖ ਰੁਪਈਆ ਉੱਥੋਂ ਲੈ ਕੇ ਫਰਾਰ ਹੋ ਗਿਆ ਸੀਗਾ ਉਹਦੇ ਵਿੱਚ ਹੀ ਉਹਦਾ ਜੀਜਾ ਅਤੇ ਉਹਦੇ ਘਰ ਦੇ ਉਹ ਇੱਥੋਂ ਪੈਸੇ ਲੈ ਕੇ ਫਰਾਰ ਹੋ ਗਏ ਉਹਦੇ ਬਾਅਦ ਅਸੀਂ SPD ਦੀ ਟੀਮ ਬਣਾਈ ਉਹਨਾਂ ਨੇ ਜਿਸ 'ਚ CI ਦੀ ਅਤੇ ਆਪਣੇ ਜਿਹੜੇ ਲੋਕਲ ਥਾਣੇ ਦੇ ਬੰਦੇ ਸੀਗੇ ਉਹ ਇਨਵੋਲਵ ਸੀਗੇ ਅਤੇ ਟੀਮ ਜਾ ਕੇ ਹੈਦਰਾਬਾਦ ਤੱਕ ਉਹਦਾ ਪਿੱਛਾ ਕੀਤਾ ਉੱਥੋਂ ਜਾ ਕੇ ਕੁਝ ਸਮਾਨ ਫੜਿਆ ਅਤੇ ਉੱਥੋਂ ਇਨਫੋਰਮੇਸ਼ਨ ਲੈ ਕੇ ਭੱਜਦੇ ਹੋਏ ਇੱਥੇ ਵਾਪਸ ਖੰਨੇ ਆ ਗਏ ਖੰਨੇ ਆ ਕੇ ਇਹਨਾਂ ਦੀ ਅਰੈਸਟ ਪਈ ਆ ਅਤੇ ਕਿੰਨੇ ਲੋਕ ਸ਼ਾਮਿਲ ਸੀਗੇ ਜੀ ਇਸ 'ਚ ਇੱਕ ਤਾਂ ਜਿਹੜਾ ਆਪਣਾ ਮੁਲਜ਼ਮ ਸੀ ਜਿਹੜਾ ਉਹਦਾ ਨੌਕਰ ਸੀਗਾ ਉਹਦਾ ਜੀਜਾ ਅਤੇ ਉਹਦਾ ਫਾਦਰ ਅਤੇ ਮੇਨ ਮਾਸਟਰ ਮਾਇੰਡ ਕੌਣ ਹੈ ਇਹਨਾਂ 'ਚ ਜੀਜਾ ਉਹ ਐਕਚੁਲੀ ਕੀ ਸੀਗੇ ਇਹਨਾਂ ਦਾ ਪਲੈਨ ਸੀਗਾ ਇੱਥੋਂ ਹੈਦਰਾਬਾਦ ਇੱਕ ਬੰਦਾ ਸੀਗਾ ਉਹਦੇ ਨਾਲ ਮਿਲ ਕੇ ਇਹਨਾਂ ਨੇ ਬਾਹਰ ਭੇਜਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਬਹਿਰੇਨ ਜਾਣ ਦੀ ਜਿਹੜਾ ਜੀਜਾ ਸੀ ਉਹ ਪਹਿਲਾਂ ਹੀ ਬਹਿਰੇਨ ਕੰਮ ਕਰਦਾ ਸੀਗਾ ਸੋ ਇੱਥੋਂ ਉਹਨਾਂ ਨੇ ਬਹਿਰੇਨ ਨੂੰ ਭੱਜਣਾ ਸੀ ਇਹਨਾਂ ਨੇ ਇੱਥੋਂ ਅਤੇ ਹੁਣ ਅਮਾਊਂਟ ਇਹਨਾਂ ਤੋਂ ਪੂਰੀ ਰਿਕਵਰ ਕਰ ਲਿੱਤੀ ਹਾਂਜੀ ਤਕਰੀਬਨ ਸਾਡੇ ਕੋਲ ਇਹ 'ਚੋਂ 31 ਲੱਖ ਰੁਪਈਆ ਕੈਸ਼ ਅਤੇ 6-7 ਲੱਖ ਰੁਪਏ ਦੇ ਜਿਹੜੇ ਗਹਿਣੇ ਹੈਗੇ ਆ ਸੋਨਾ ਹੈਗਾ ਅਤੇ 2 ਲੱਖ ਦੀ ਜਿਹੜੀ ਚਾਂਦੀ ਹੈਗੀ ਆ ਤਕਰੀਬਨ ਸਾਰੇ 39 ਲੱਖ ਰੁਪਈਆ ਉਹ ਰਿਕਵਰ ਹੋ ਗਏ ਇਹਨਾਂ ਕੋਲ ਅਤੇ ਜਿਹੜਾ ਸੋਨਾ ਚਾਂਦੀ ਇਹ ਕਿੱਥੋਂ ਇਹਨਾਂ ਨੇ ਉਹ ਕੀਤਾ ਸੀਗਾ ਉਹ ਜਾਂਦੇ ਉਹ ਜਿਹੜੇ ਕੈਸ਼ ਸੀ ਉਹਦੇ 'ਚ ਉਹਨਾਂ ਨੇ ਇੱਥੋਂ ਖਰੜ ਤੋਂ ਅਤੇ ਆਪਣੇ ਲੋਕਲ ਖੰਨੇ ਤੋਂ ਕੁਛ ਇਹਨਾਂ ਨੇ ਗਹਿਣੇ ਤੋਂ ਖਰੀਦੇ ਸੀਗੇ ਉਹ ਨਾਲ ਲੈ ਕੇ ਭੱਜ ਗਏ ਸੀ ਇੱਥੋਂ ਜਿਹੜਾ ਸਰ ਉਹ ਮੋਟਰਸਾਈਕਲ ਵਾਲਾ ਸੀਗਾ ਫੜਿਆ ਸੀਗਾ ਮਾਫੇ ਦੇ ਤੇਲ ਪਾਉਣ ਵਾਲਾ ਉਹੀ ਆ ਨਾ ਮਾਮਲਾ ਨਹੀਂ ਇਹਦੇ ਵਿੱਚ ਨਾਮ ਦੇ ਨਾਲ 10 ਲੱਖ ਰੁਪਏ ਦੀ ਹੋਰ ਰਿਕਵਰੀ ਹੋਈ ਆ ਇਹਨਾਂ ਦਾ ਪਹਿਲੇ ਪਲੈਨ ਸੀ ਇੱਥੋਂ ਭੱਜਣ ਦਾ ਅਤੇ ਇਹਨਾਂ ਨੇ ਇੱਥੋਂ ਲੋਕਲ ਬੰਦਿਆਂ ਤੋਂ ਕੋਈ TV ਕੋਈ ਫਰਿੱਜ ਕੋਈ ਐਨ ਚੀਜ਼ਾਂ ਪਹਿਲਾਂ ਹੀ ਆਪਣੇ ਉੱਤੇ ਲੈ ਲਈ ਸੀਗੀਆਂ ਕਿਸ਼ਤਾਂ ਦੇ ਉੱਤੇ ਉਹ ਵੀ ਨਾਲ 10 ਲੱਖ ਰੁਪਏ ਦੀ ਚੀਜ਼ਾਂ ਰਿਕਵਰ ਕੀਤੀ ਇਹਨਾਂ ਤੋਂ ਉਹ ਜਿਹੜੇ ਲੋਕ ਹੈਗੇ ਆ ਅਸੀਂ ਉੱਥੇ ਉਹਨਾਂ ਨੂੰ ਬੁਲਾ ਕੇ ਉਹਨਾਂ ਚੀਜ਼ਾਂ ਉਹ ਵੀ ਵਾਪਸ ਕਰਾਵਾਂਗੇ ਅਤੇ ਸਰ ਇਹਨਾਂ 'ਤੇ ਕਿਹੜੀ ਕਿਹੜੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਨਹੀਂ 408 ਸੀਗਾ 408 ਅੰਡਰ ਸੈਕਸ਼ਨ 408 ਇਹਨਾਂ 'ਤੇ ਪਰਚਾ ਹੋਇਆ ਸੀਗਾ ਬਿਕੋਜ਼ ਉਹਨਾਂ ਦਾ ਨੌਕਰ ਹੀ ਸੀਗਾ ਬਟ ਇਹ 'ਚ ਪੁਲਿਸ ਨੇ ਬਹੁਤ ਮੁਸ਼ਤੈਦੀ ਨਾਲ ਕੰਮ ਕੀਤਾ ਇਹਨਾਂ ਪਿੱਛਾ ਕੀਤਾ ਹੈਦਰਾਬਾਦ ਤੱਕ ਇਹਨਾਂ ਦਾ ਪਿੱਛਾ ਕੀਤਾ ਉੱਥੋਂ ਇਹਨਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਇਹਨਾਂ ਦੀ ਅਰੈਸਟ ਹੋਈ ਹੋਈ ਹੈ ਇਹਦਾ ਤਾਂ ਪਹਿਲਾਂ ਵੀ ਕੋਈ ਇੱਦਾਂ ਦਾ ਮਾਮਲਾ ਹੈਗਾ ਜੀ ਦਰਜ ਕੋਈ ਨਹੀਂ ਪਹਿਲਾਂ ਤਾਂ ਕੋਈ ਮੁਕਾਬਲਾ ਹਜੇ ਤੱਕ ਸਾਡੇ ਤਫਤੀਸ਼ ਵਿੱਚ ਨਹੀਂ ਆਇਆ ਜੋ ਅੱਗੇ ਆਊਗਾ ਤਾਂ ਚੱਲੇਗਾ ਥੈਂਕ ਯੂ ਸਰ